ਕੀ ਕਹਿਣਾ ਚਾਹੋਗੇ? ਤੁਹਾਡਾ ਭਰਾ ਦੇਸ਼ ਲਈ ਸ਼ਹੀਦ ਹੋਇਆ, ਕੀ ਕਹਿਣਾ ਚਾਹੋਗੇ? ਸਾਡਾ ਭਰਾ ਰਜਿੰਦਰ ਸਿੰਘ ਸ਼ਹੀਦ ਹੋ ਗਿਆ, ਸਾਨੂੰ ਮਾਣ ਆਪਣੇ ਭਰਾ 'ਤੇ। ਉਸਦੀ ਘਾਟ ਸਾਨੂੰ ਪੂਰੀ ਉਮਰ ਮਿਲੇਗੀ, ਪਰ ਰੱਬ ਦਾ ਭਾਣਾ, ਅਸੀਂ ਮਾਣ ਕਰਦੇ ਕਿ ਸਾਡਾ ਭਰਾ ਆਪਣੀ ਦੇਸ਼ ਵਾਸਤੇ ਜਾਨ ਕੁਰਬਾਨ ਕਰ ਗਿਆ। ਬਸ ਇਹਨਾਂ ਗੱਲਾਂ ਨਾਲ ਮੈਂ ਸਮਝ ਜਾਚਾ ਕਰਨਾ, ਹੋਰ ਕੁਝ ਨਹੀਂ ਮੈਂ ਕਹਿ ਸਕਦਾ। ਅੱਜ ਬਹੁਤ ਹੀ ਅਤਿਅੰਤ ਦੁਖੀ ਹਿਰਦੇ ਦੇ ਨਾਲ ਸਾਰੇ ਇੱਥੇ ਪਿੰਡ ਕੋਟ ਖਾਨ ਮੁਹੰਮਦ ਦੇ ਸਾਰੇ ਵੀਰ ਆਪਣੇ ਬਹੁਤ ਹੀ ਪਿਆਰੇ ਰਜਿੰਦਰ ਸਿੰਘ ਮਿਨਹਾਸ ਨੂੰ ਅੱਜ ਮਿਸ ਕਰ ਰਹੇ ਹੈ। ਜਿੱਦਾਂ ਕਿਹਾ ਜਾਂਦਾ ਵੀ ਵਤਨ ਪੇ ਮਿਟਨੇ ਵਾਲੋਂ ਕਾ ਇਹ ਇੱਕ ਨਿਸ਼ਾਨ ਹੈ ਜਿਹੜਾ ਕਿ ਕਿਸਮਤ ਵਾਲੇ ਨੂੰ ਮਿਲਦਾ। ਅੱਜ ਚਲਾ ਗਿਆ ਸਾਡਾ ਭਰਾ, ਪਰ ਜਿਹੜਾ ਤਿਰੰਗੇ 'ਚ ਲੇਟ ਕੇ ਆਉਂਦਾ ਨਾ, ਉਹਦੀ ਗੱਲ ਹੀ ਕੁਝ ਹੋਰ ਹੁੰਦੀ ਹੈ। ਵਤਨ 'ਤੇ ਜਿਹੜੇ ਬੰਦੇ ਆਪਣੀ ਜਾਨ ਦਿੰਦੇ ਆ, ਦੇਸ਼ ਲਈ ਜਾਨ ਦਿੰਦੇ ਆ, ਉਸਨੂੰ ਲੋਕ ਰਹਿੰਦੀ ਦੁਨੀਆ ਤੱਕ ਯਾਦ ਕਰਦੇ ਆ। ਕੋਈ ਕਿਸੇ ਦਾ ਗੇਟ ਬਣਦਾ ਹੈ, ਕੋਈ ਕਿਸੇ ਦੀ ਯਾਦ ਵਿੱਚ ਪਿੰਡਾਂ ਦੇ ਵਿੱਚ ਉਹਨਾਂ ਦੀ ਜਗ੍ਹਾ ਬਣਦੀ ਹੈ। ਤੋ ਅਸੀਂ ਵੀ ਚਲਾ ਗਿਆ ਸਾਡੇ ਕੋਲ ਰਜਿੰਦਰ, ਅਸੀਂ ਕਰ ਕੁਝ ਨਹੀਂ ਸਕਦੇ, ਪਰਿਵਾਰ ਦੇ ਨਾਲ ਦੁੱਖ ਹੀ ਸਾਂਝਾ ਕਰ ਸਕਦੇ ਹਾਂ, ਪਰ ਸਾਡਾ ਜੋ ਫਰਜ਼ ਬਣਦਾ ਉਹ ਅਸੀਂ ਪੂਰਾ ਬਾਖੂਬੀ ਫਰਜ਼ ਨੂੰ ਨਿਭਾਵਾਂਗੇ ਔਰ ਰਜਿੰਦਰ ਦੀ ਯਾਦ ਦੇ ਵਿੱਚ ਇਸ ਪਿੰਡ ਦੇ ਵਿੱਚ ਇੱਕ ਯਾਦਗਾਰ ਬਣਾਵਾਂਗੇ ਔਰ ਉਹਨਾਂ ਦੇ ਬੱਚਿਆਂ ਲਈ ਦੇਖ ਰੇਖ ਲਈ ਸਰਕਾਰ ਕੋਲੋਂ ਵੀ ਜੋ ਮਦਦ ਹੋਏਗੀ ਉਹ ਅਸੀਂ ਮਦਦ ਜ਼ਰੂਰ ਲੈ ਕੇ ਦੇਵਾਂਗੇ। ਛੋਟੀ ਉਮਰ ਦੇ ਦੋ ਬੱਚੇ, ਇੱਕ ਬੇਟਾ ਮੇਰੇ ਹਿਸਾਬ ਨਾਲ 12-13 ਸਾਲ ਦਾ ਹੋਣਾ ਔਰ ਉਹਨਾਂ ਦੀ ਇੱਕ ਬੱਚੀ ਹੈ ਜਿਹੜੀ 7-8 ਸਾਲ ਦੀ ਹੈ, ਉਹਨਾਂ ਲਈ ਉਹਨਾਂ ਦਾ ਬਾਪ ਦਾ ਸਾਇਆ ਜਾਣਾ ਇਸ ਵਕਤ ਔਰ ਉਹਨਾਂ ਦੀ ਵਾਈਫ, ਉਹਨਾਂ ਦੀ ਮਾਂ, ਉਹਨਾਂ ਦੇ ਪੇਰੈਂਟਸ ਲਈ ਇੱਕ ਬਹੁਤ ਵੱਡੀ ਸੱਟ ਹੈ। ਪਰ ਮਹਾਰਾਜ ਦੇ ਚਰਨਾਂ ਦੇ ਵਿੱਚ ਇਹੋ ਹੀ ਅਰਦਾਸ ਹੈ ਵੀ ਇਹਨਾਂ ਨੂੰ ਬਲ ਬਖਸ਼ੀ, ਬਹੁਤ ਵੱਡੀ ਘਾਟ ਹੋਈ ਹੈ, ਪਰ ਜੋ ਸਾਡਾ ਫਰਜ਼ ਬਣੇਗਾ ਅਸੀਂ ਨਿਭਾਵਾਂਗੇ। ਦਾ ਸ਼ਹੀਦ ਹੀ, ਲੇਕਿਨ ਕੋਈ ਵੀ ਇੱਥੇ ਜਿਹੜਾ ਸਰਕਾਰੀ ਸਨਮਾਨਾਂ ਨਾਲ ਉਹਦਾ ਜਿਹੜੀ ਪ੍ਰੀਪੇਸ਼ਨ ਹੋਣੀ ਸੀ ਉਹ ਨਹੀਂ ਹੋ ਪਾਈ, ਨਾ ਕੋਈ ਫੌਜ ਦਾ ਅਧਿਕਾਰੀ ਆਇਆ, ਨਾ ਉਹਨਾਂ ਦੀ ਕੋਈ ਯੂਨਿਟ ਦਾ ਬੰਦਾ ਆਇਆ, ਨਾ ਸਲਾਮੀ ਦਿੱਤੀ ਗਈ। ਮੈਂ ਕਿਸਮ ਦੀ ਗੱਲ ਹੈ, ਮੈਂ ਸਮਝਣਾ ਇਹ ਜ਼ਰੂਰ ਹੋਣਾ ਚਾਹੀਦਾ, ਯੂਨਿਟ ਦੇ ਬੰਦੇ ਦਾ ਆਉਣਾ ਫਰਜ਼ ਬਣਦਾ ਸੀ। ਸਰਕਾਰ ਵੱਲੋਂ ਤਹਿਸੀਲਦਾਰ ਸਾਹਿਬ ਆਏ ਨੇ, ਮੈਂ ਹਾਜ਼ਰ ਹੋਇਆ, ਪਰ ਇਹਦੇ ਨਾਲ ਮੱਲਮ ਤੁਹਾਡੀ ਗੱਲ ਬਿਲਕੁਲ ਠੀਕ ਹੈ, ਜਿਹੜੀਆਂ ਕੁਝ ਘਾਟਾਂ ਨੇ ਇਹ ਜ਼ਰੂਰ ਅਸੀਂ ਆਪਣੀ ਗਵਰਨਮੈਂਟ ਦੀ ਧਿਆਨ 'ਚ ਲਿਆਵਾਂਗੇ। ਇਹ ਸਾਡੀ ਡਿਊਟੀ ਲੱਗੀ ਸੀ ਜੀ, ਫੌਜੀ ਜਵਾਨ ਸ਼ਹੀਦ ਹੋਇਆ ਅਤੇ ਉਹਦੇ ਸੰਬੰਧ ਵਿੱਚ ਅਸੀਂ ਸ਼ਰਧਾਂਜਲੀ ਦੇਣਾ ਹੈ। ਅਤੇ ਕੀ ਕਾਰਨ ਆ ਕਿ ਕੋਈ ਇੱਥੇ ਜਿਹੜਾ ਵਾ ਮਿਲਟਰੀ ਦਾ ਜਾਂ ਫੌਜ ਦਾ ਕੋਈ ਉਹਨਾਂ ਦੀ ਪੋਸਟ ਦਾ ਪਤਾ ਨਹੀਂ ਆਇਆ, ਨਾ ਸਲਾਮੀ ਦਿੱਤੀ ਗਈ, ਨਾ ਕੋਈ ਸਰਕਾਰੀ ਸਨਮਾਨਾਂ ਨਾਲ ਜਿਹੜਾ ਸ਼ਹੀਦ ਨੂੰ ਦਿੱਤਾ ਗਿਆ ਸਨਮਾਨ? ਇਹਦੇ ਉਹਨਾਂ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ, ਅਸੀਂ ਤਾਂ ਆਏ ਸਿਵਲ ਪ੍ਰਸ਼ਾਸਨ ਵੱਲੋਂ, ਅਸੀਂ ਹਾਜ਼ਰ ਹਾਂ। ਤੁਹਾਨੂੰ ਇਨਫੋਰਮੇਸ਼ਨ ਕੀ ਦਿੱਤੀ ਗਈ ਸੀ ਪ੍ਰਸ਼ਾਸਨ? ਸਾਡੇ ਤਾਂ ਇਹੋ ਹੀ ਵੀ ਸ਼ਹੀਦ ਹੋਇਆ ਜੀ, ਅਤੇ ਇਹਦੇ ਉੱਥੇ ਜਾਣਾ SDM ਸਾਹਿਬ ਜਿਹੜੇ ਉਹਨਾਂ ਦੀ ਡਿਊਟੀ, ਉੱਧਰ ਵੀ ਇੱਕ ਕੈਜੁਅਲਟੀ ਹੋਈ ਹੈ ਦੀਨ ਨਗਰ 'ਚ, ਅਤੇ ਉੱਧਰ ਉਹ ਵੀ ਆ ਰਹੇ ਆ। ਜਦੋਂ ਇੱਕ ਫੌਜੀ ਸ਼ਹੀਦ ਹੁੰਦਾ ਹੈ ਜਿਹਦੀ ਡੈਫੀਨੇਸ਼ਨ ਸ਼ਹੀਦ ਸ਼ਹਾਦਤ ਹੁੰਦੀ, ਉਹਦੇ ਸਰਕਾਰੀ ਸਨਮਾਨਾਂ 'ਚ ਕੀ ਹੁੰਦਾ, ਕਿਸ ਤਰ੍ਹਾਂ ਹੁੰਦਾ? ਸ਼ਰਧਾਂਜਲੀ ਦੇਣੀ ਹੁੰਦੀ ਹੈ ਜੀ ਅਸੀਂ ਤੁਹਾਡੇ ਵੱਲੋਂ, ਫੌਜ ਵੱਲੋਂ ਵੀ ਆਉਂਦੇ ਨੇ, ਫੌਜ ਵੱਲੋਂ ਵੀ, ਪਰ ਇੱਥੇ ਨਹੀਂ ਆਏ, ਕੋਈ ਕਾਰਨ ਇਹਦੇ ਬਾਰੇ ਸਾਨੂੰ ਕਾਰਨ ਦਾ ਨਹੀਂ ਪਤਾ ਸਰ। ਮਤਲਬ ਸਰ ਹਮ ਐਸੇ ਥੇ, ਦੂਰ ਥੇ, ਦੂਰ ਸੇ ਹਮ ਆਏ, ਹਮਕੋ ਡੈਡ ਬੋਡੀ ਜੋ ਹੈ ਇਸਮੇ ਕਿਆ ਬੋਲਦੇ ਹੈ ਪੈਕ ਕਿਆ, ਪੋਸਟਮਾਰਟਮ ਕਿਆ ਹੋਇਆ ਮੇਰਾ, ਅਬ ਆਗੇ ਕਿਆ ਹੋਇਆ ਮੈਂ ਕੁਝ ਨਹੀਂ ਬਤਾ ਸਕਤਾ ਜੀ, ਵਹਾਂ ਹਮਕੋ ਕਹਾਣੀ ਪਤਾ ਨਹੀਂ ਹੈ, ਕਿਉਂਕਿ ਹਮ ਬੋਲ ਨਹੀਂ ਸਕਤੇ ਨਾ ਉਸ ਚੀਜ਼ ਕੋ, ਜੋ ਹਮਾਰੇ ਸੇ ਹੁਆ ਨਹੀਂ ਤੋ ਉਸ ਕਹਾਣੀ ਕੋ ਬੋਲ ਨਹੀਂ ਸਕਤੇ। ਆਪਕੋ ਕਿਆ ਲਗਤਾ ਹੈ ਕਿਆ ਹੁਆ ਹੈ? ਸਰ ਅਬ ਮੈਂ ਕਿਆ ਬਤਾ ਸਕਤਾ ਹੂੰ, ਮੈਂ ਕੁਝ ਨਹੀਂ ਬੋਲ ਸਕਤਾ। ਕਿਆ ਬਾਤ ਹੈ ਕਿ ਇੱਕ ਸੈਨਿਕ ਜੋ ਸ਼ਹੀਦ ਹੁਆ ਹੈ ਉਸਕੇ ਸਾਥ ਕੋਈ ਫੌਜ ਕੀ ਸਲਾਮੀ ਨਹੀਂ ਹੋਈ ਜਾਂ ਕੋਈ ਅਧਿਕਾਰੀ ਨਹੀਂ ਪਹੁੰਚਾ? ਸਰ ਅਬ ਇਸਕੇ ਬਾਰੇ ਮੈਂ ਕਿਆ ਬਤਾ ਸਕਤਾ ਹੂੰ।